ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਮਾਵਾਂ ਆਪਣੇ ਨੌਜਵਾਨ ਪੁੱਤਾਂ ਨੂੰ ਖੁਦ ਥਾਪੜਾ ਦੇ ਕੇ ਤੋਰਦੀਆਂ ਨੇ। ਕਿਉਂ? ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਪੰਜਾਬੀ ਸਭ ਤੋਂ ਵੱਧ ਡਟ ਕੇ ਖੜ੍ਹੇ ਨੇ। ਪੰਜਾਬ ਨੂੰ ਅੱਤਵਾਦੀ ਕਹਿਣ ਵਾਲੇ ਵੀਡੀਓ ਜ਼ਰੂਰ ਦੇਖ ਰਹੇ ਅਤੇ ਮਾਣ ਮਹਿਸੂਸ ਕਰੋਗੇ ਪੰਜਾਬੀ ਹੋਣ ਤੋਂ। ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਪਰਮਿੰਦਰ ਸਿੰਘ। ਇੱਕ ਸਮਾਂ ਆਇਆ ਸੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਅੱਗੇ ਮਦਦ ਦੀ ਗੁਹਾਰ ਲੈ ਕੇ ਖੜ੍ਹਾ ਹੋ ਗਿਆ ਸੀ ਅਤੇ ਉਦੋਂ ਪੰਜਾਬੀਆਂ ਨੇ ਦੇਸ਼ ਦੀ ਬਾਂਹ ਫੜੀ ਸੀ। ਪੰਜਾਬੀ ਕਿਵੇਂ ਕਿਸੇ ਦੀ ਮਦਦ ਕਰਦੇ ਨੇ ਦੱਸਣ ਦੀ ਲੋੜ ਨਹੀਂ ਪੈਂਦੀ। ਇੱਕ ਘਟਨਾ 1962 ਦੀ ਜਿਹਦੇ ਵਿੱਚ ਪੰਜਾਬੀਆਂ ਨੇ ਉਹ ਕਰ ਦਿਖਾਇਆ ਜਿਹੜਾ ਪੂਰੇ ਦੇਸ਼ ਵਾਸੀਆਂ ਤੋਂ ਵੀ ਨਹੀਂ ਸੀ ਹੋਇਆ। ਕੀ ਸੀ ਉਹ ਕਿੱਸਾ? ਅੱਜ ਅਸੀਂ ਤੁਹਾਨੂੰ ਦੱਸਾਂਗੇ। ਗੱਲ 1962 ਦੀ ਹੈ ਜਦੋਂ ਭਾਰਤ ਦੇ ਉੱਤੇ ਚੀਨ ਨੇ ਹਮਲਾ ਕਰ ਦਿੱਤਾ। ਇਹ ਹਮਲਾ ਅਚਾਨਕ ਹੋਇਆ ਤਾਂ ਭਾਰਤ ਦੀ ਫੌਜ ਨੂੰ ਸੋਚਣ ਦਾ ਵੀ ਸਮਾਂ ਨਹੀਂ ਮਿਲਿਆ। ਭਾਰਤ ਦੀ ਫੌਜ ਦੇ ਤਕਰੀਬਨ 20,000 ਫੌਜੀ ਜਵਾਨ ਸੀ, 80,000 ਦੀ ਚੀਨੀ ਫੌਜ ਦਾ ਸਾਹਮਣਾ ਕਰ ਰਹੀ ਸੀ। ਲਗਾਤਾਰ ਦੇਸ਼ ਦੇ ਨੌਜਵਾਨ ਸ਼ਹੀਦ ਹੋ ਰਹੇ ਸੀ। ਉਦੋਂ ਹੀ ਪਹਿਲਾਂ ਥੋੜ੍ਹੇ ਸਮੇਂ ਪਹਿਲੇ ਹੀ ਭਾਰਤ ਹਜੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਰਿਹਾ ਸੀ ਕਿਉਂਕਿ ਆਜ਼ਾਦੀ ਮਿਲੀ ਸੀ। 1947 ਦੇ ਵਿੱਚ ਆਜ਼ਾਦ ਹੋਇਆ ਅਤੇ 1962 ਵਿੱਚ ਲੜਾਈ ਲੱਗ ਗਈ। ਚੀਨ ਨੇ ਹਮਲਾ ਕਰਤਾ, ਅਰਥ ਵਿਵਸਥਾ ਬਿਲਕੁਲ ਵਿਗੜ ਗਈ, ਡਿਫੈਂਸ ਬਿਲਕੁਲ ਤਹਿਸ ਨਹਿਸ ਹੋ ਗਿਆ। ਤਾਂ ਦੇਸ਼ ਦਾ ਉਦੋਂ ਪ੍ਰਧਾਨ ਮੰਤਰੀ ਸੀ ਪੰਡਿਤ ਜਵਾਹਰ ਲਾਲ ਨਹਿਰੂ। ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਨੇ ਕਿ ਦੇਸ਼ ਵਾਸੀਓ, ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਇੱਕ ਨੈਸ਼ਨਲ ਫੰਡ ਬਣਾਇਆ ਗਿਆ, ਨੈਸ਼ਨਲ ਡਿਫੈਂਸ ਫੰਡ। ਇਸ ਫੰਡ ਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਪੈਸੇ, ਸੋਨਾ, ਗਹਿਣੇ ਦੇਣ ਵਾਸਤੇ ਕਿਹਾ ਗਿਆ ਅਤੇ ਦੇਸ਼ ਵਾਸੀਆਂ ਨੇ ਆਪਣਾ ਪੈਸਾ ਦੇਣਾ ਸ਼ੁਰੂ ਕਰਤਾ ਇਸ ਫੰਡ ਵਾਸਤੇ। ਕੋਈ ਪੈਸੇ ਦੇ ਰਿਹਾ ਅਤੇ ਕੋਈ ਗਹਿਣੇ ਦੇ ਰਿਹਾ, ਪਰ ਜੋ ਪੰਜਾਬੀਆਂ ਨੇ ਕੀਤਾ ਉਹ ਹੈਰਾਨ ਕਰਨ ਵਾਲਾ ਸੀ। ਪੰਜਾਬੀਆਂ ਨੇ ਉਹ ਕਰ ਦਿਖਾਇਆ, ਉਹ ਮਿਸਾਲ ਕਾਇਮ ਕੀਤੀ ਕਿ ਅੱਜ ਤੱਕ ਕੋਈ ਤੋੜ ਨਹੀਂ। ਪੰਜਾਬੀਆਂ ਦੇ ਪੂਰੇ ਦੇਸ਼ ਵਿੱਚ ਚਰਚੇ ਹੋ ਗਏ, ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਾਹ ਵਾਹ ਹੋ ਗਈ ਪੰਜਾਬੀਆਂ ਦੀ। ਐਸੀ ਮਿਸਾਲ ਕਾਇਮ ਕੀਤੀ ਸੀ ਪੰਜਾਬੀਆਂ ਨੇ। ਕੀ ਸੀ ਉਹ ਮਿਸਾਲ? ਕੀ ਕੀਤਾ ਸੀ ਪੰਜਾਬੀਆਂ ਨੇ ਇਸ ਦੇਸ਼ ਵਾਸਤੇ? ਆਓ ਤੁਹਾਨੂੰ ਦੱਸ ਦਿਆਂ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਹਾਰ ਕੀਤੀ ਮਦਦ ਦੀ, ਤਾਂ ਫਿਰ ਦੇਸ਼ ਵਾਸੀਆਂ ਨੇ ਪੈਸੇ ਦੇਣੇ ਸ਼ੁਰੂ ਕੀਤੇ, ਕੋਈ ਗਹਿਣੇ ਦੇਣੇ ਸ਼ੁਰੂ ਕਰ ਗਿਆ। ਅਤੇ ਪੰਜਾਬੀਆਂ ਨੂੰ ਜਦੋਂ ਪਤਾ ਲੱਗਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮਦਦ ਮੰਗ ਰਿਹਾ, ਤਾਂ ਪੰਜਾਬੀਆਂ ਨੂੰ ਦੱਸਣ ਦੀ ਫਿਰ ਲੋੜ ਨਹੀਂ ਕਿ ਕਿਸੇ ਦੀ ਮਦਦ ਕਿਵੇਂ ਕਰਨੀ। ਮਨੁੱਖਤਾ ਦੀ ਸੇਵਾ ਕਰਨਾ ਤਾਂ ਪੰਜਾਬੀਆਂ ਦੇ ਖੂਨ ਵਿੱਚ ਹੈ, ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ। ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਸੀ ਪ੍ਰਤਾਪ ਸਿੰਘ ਕਹਿਰੂ। ਹੁਣ ਪੰਜਾਬੀਆਂ ਨੂੰ ਕਿਹਾ ਕਿ ਪੰਜਾਬੀਓ, ਦੇਸ਼ ਨਾਲ ਖੜ੍ਹਨ ਦਾ ਸਮਾਂ ਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਿਫੈਂਸ ਨੂੰ ਮਜ਼ਬੂਤ ਕਰਨ ਵਾਸਤੇ ਦੇਸ਼ ਵਾਸੀਆਂ ਦੀ ਮਦਦ ਮੰਗੀ ਹੈ, ਤਾਂ ਪੰਜਾਬੀਆਂ ਨੇ ਫਿਰ ਇੱਥੇ ਆਪਣੀ ਦਰਿਆਦਿਲੀ ਦਿਖਾਈ। ਪੰਜਾਬੀਆਂ ਨੇ ਖੁੱਲ੍ਹ ਕੇ ਗੱਫੇ ਦਿੱਤੇ ਪੈਸਿਆਂ ਦੇ ਅਤੇ ਗਹਿਣਿਆਂ ਦੇ। ਪੰਜਾਬ ਦੀਆਂ ਮਾਵਾਂ ਨੇ ਆਪਣੇ ਗਲਾਂ ਦੇ ਵਿੱਚੋਂ ਸੋਨੇ ਦੇ ਹਾਰ, ਆਪਣੇ ਕੰਨਾਂ ਦੇ ਵਿੱਚੋਂ ਕਾਂਟੇ ਖੋਲ੍ਹ ਕੇ ਦੇਸ਼ ਵਾਸਤੇ ਦਿੱਤੀ। ਇੰਨਾ ਕੁ ਸੋਨਾ ਇਕੱਠਾ ਕਰਤਾ, ਇੰਨਾ ਕੁ ਪੈਸਾ ਇਕੱਠਾ ਕਰਤਾ ਕਿ ਪੂਰੀ ਦੁਨੀਆ 'ਤੇ ਐਸੀ ਮਿਸਾਲ ਕਾਇਮ ਕਰ ਦਿੱਤੀ ਕਿ ਅੱਜ ਤੱਕ ਉਸ ਦਾ ਤੋੜ ਨਹੀਂ। 8 ਕਰੋੜ ਰੁਪਈਆ ਇਕੱਠਾ ਹੋਇਆ ਪੂਰੇ ਦੇਸ਼ ਵਿੱਚੋਂ। ਹੁਣ ਗੱਲ ਧਿਆਨ ਨਾਲ ਸੁਣਿਓ, ਪੂਰੇ ਦੇਸ਼ ਵਿੱਚੋਂ 8 ਕਰੋੜ ਰੁਪਈਆ ਇਕੱਠਾ ਹੋਇਆ ਅਤੇ ਉਹਦੇ ਵਿੱਚੋਂ 46% ਪੰਜਾਬੀਆਂ ਨੇ ਦਿੱਤਾ ਸੀ। ਜੇ ਸਿੱਧੀ ਜੀ ਭਾਸ਼ਾ ਵਿੱਚ ਕਹੀਏ ਤਾਂ 50% ਪੰਜਾਬੀਆਂ ਦਾ ਲਾ ਲਓ ਅਤੇ 50% ਪੂਰੇ ਦੇਸ਼ ਦਾ ਲਾ ਲਓ।
50% ਤੱਕ ਪੰਜਾਬੀਆਂ ਦਾ ਯੋਗਦਾਨ ਸੀ। 3.80 ਕਰੋੜ ਰੁਪਈਆ ਪੰਜਾਬੀਆਂ ਨੇ ਦਿੱਤਾ ਅਤੇ 4.20 ਕਰੋੜ ਰੁਪਈਆ ਪੂਰੇ ਦੇਸ਼ 'ਚੋਂ ਇਕੱਠਾ ਹੋਇਆ। ਇਹ ਸੀ ਪੈਸਿਆਂ ਦੀ ਗੱਲ। ਅਤੇ ਜੇ ਸੋਨਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਤੁਸੀਂ ਹੈਰਾਨ ਹੋ ਜਾਓਗੇ। ਪੂਰੇ ਭਾਰਤ ਦੇ ਵਿੱਚੋਂ 5.327 ਕਿਲੋ ਗੋਲਡ ਇਕੱਠਾ ਹੋਇਆ ਪੂਰੇ ਭਾਰਤ ਵਿੱਚੋਂ ਪੰਜਾਬ ਨੂੰ ਛੱਡ ਕੇ। ਜੇ ਪੰਜਾਬ ਨੂੰ ਆਪਾਂ ਬਾਹਰ ਕੱਢ ਕੇ ਗੱਲ ਕਰੀਏ ਤਾਂ 5.327 ਕਿਲੋ ਸੋਨਾ ਪੂਰੇ ਭਾਰਤ ਵਿੱਚੋਂ ਇਕੱਠਾ ਹੋਇਆ ਅਤੇ ਪੰਜਾਬੀਆਂ ਨੇ ਪਤਾ ਕਿੰਨਾ ਦਿੱਤਾ? 252 ਕਿਲੋ ਸੋਨਾ ਸਿਰਫ ਪੰਜਾਬੀਆਂ ਨੇ ਦਿੱਤਾ। 252 ਕਿਲੋ ਪੂਰੇ ਭਾਰਤ ਵਿੱਚੋਂ 5.327 ਕਿਲੋ ਅਤੇ ਸਿਰਫ ਪੰਜਾਬ 'ਚੋਂ 252 ਕਿਲੋ। 65 ਕਿਲੋ ਤਾਂ ਸਿਰਫ ਮੱਝ ਦੀ ਧਰਤੀ ਨੇ ਦੇਤਾ ਸੀ। 65 ਕਿਲੋ ਸਿਰਫ ਅੰਮ੍ਰਿਤਸਰ ਦੀ ਧਰਤੀ 'ਚ ਇਕੱਠਾ ਹੋ ਗਿਆ ਸੀ। ਇਹ ਆ ਪੰਜਾਬੀ। ਇੰਨਾ ਹੀ ਨਹੀਂ, ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦਾ 73ਵਾਂ ਜਨਮ ਦਿਨ ਆਇਆ ਤਾਂ 130 ਕਿਲੋ ਉਦੋਂ ਦਿੱਤਾ। 28 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਦੇਸ਼ ਦਾ ਪ੍ਰਧਾਨ ਮੰਤਰੀ ਨਹਿਰੂ ਨੂੰ ਜਿੰਨਾ ਵੀ ਸੋਨਾ ਇਕੱਠਾ ਹੋਇਆ ਉਸ ਦੀ ਝੋਲੀ ਵਿੱਚ ਪਾਤਾ। ਅਤੇ ਇੱਥੇ ਹੀ ਗੱਲ ਖਤਮ ਨਹੀਂ ਹੋਈ। ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਸੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ, ਉਹਨਾਂ ਨੂੰ ਆਰਮੀ ਦੀ ਟ੍ਰੇਨਿੰਗ ਦੇਣੀ ਵੀ ਸ਼ੁਰੂ ਕਰਤੀ। ਇਕੱਲੇ ਮੁੰਡਿਆਂ ਨੂੰ ਨਹੀਂ, ਕੁੜੀਆਂ ਨੂੰ ਵੀ। 2 ਲੱਖ ਕੁੜੀਆਂ ਵੀ ਟ੍ਰੇਨ ਕੀਤੀਆਂ ਗਈਆਂ ਕਿ ਜੇ ਲੋੜ ਪਈ ਤਾਂ ਦੇਸ਼ ਦੇ ਮੂਹਰੇ ਖੜ੍ਹ ਜਾਵਾਂਗੇ, ਹਿੱਕ ਤਾਣ ਕੇ, ਜੇ ਦੁਸ਼ਮਣ ਇਸ ਦੇਸ਼ ਵੱਲ ਅੱਖ ਚੱਕ ਕੇ ਦੇਖੂਗਾ। ਇਹ ਸੀ ਪੰਜਾਬੀਆਂ ਦੀ ਸਭ ਤੋਂ ਵੱਡੀ ਮਿਸਾਲ। ਦੇਸ਼ ਨੂੰ ਕੀ ਦੇਣਾ ਹੈ ਪੰਜਾਬੀਆਂ ਦਾ, ਉਹ ਦਰਸਾਉਂਦੀ ਵੀਡੀਓ। ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਉਦੋਂ ਵੀ ਸਿੱਖਾਂ ਦੀ ਗਿਣਤੀ 2% ਸੀ ਅਤੇ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਕਿੰਨੀ ਸੀ? 98%। ਅਤੇ ਜੇ ਹੁਣ ਅਸੀਂ ਇਸ ਫੰਡ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚੋਂ ਸਿਰਫ 2% ਫੰਡ ਇਕੱਠਾ ਹੋਇਆ। 98% ਸਿਰਫ ਪੰਜਾਬ ਨੇ ਦਿੱਤਾ। ਪੰਜਾਬ ਨੇ 98% ਫੰਡ ਦਿੱਤਾ ਸੀ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ, ਅਤੇ ਸਿਰਫ 2% ਪੂਰੇ ਭਾਰਤ ਵਿੱਚੋਂ ਇਕੱਠਾ ਹੋਇਆ। ਐਡੀ ਵੱਡੀ ਦੇਣ ਹੈ ਭਾਰਤ ਦੇਸ਼ ਨੂੰ ਪੰਜਾਬੀਆਂ ਦੀ। ਅਤੇ ਪੰਜਾਬੀਆਂ ਨੂੰ ਜਿਹੜੇ ਗੱਦਾਰ ਕਹਿੰਦੇ ਨੇ, ਅੱਤਵਾਦੀ ਕਹਿੰਦੇ ਨੇ, ਇੱਕ ਵਾਰ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ। ਅਤੇ ਜੇ ਤੁਸੀਂ ਪੰਜਾਬੀ ਹੋ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪਤਾ ਲੱਗ ਸਕੇ ਪੰਜਾਬੀ ਕਿਵੇਂ ਕਿਸੇ ਦੀ ਮਦਦ ਕਰਦੇ ਨੇ। ਇਸ ਤਰੀਕੇ ਦੀਆਂ ਹੋਰ ਜਾਣਕਾਰੀਆਂ ਦੇਖਣ ਵਾਸਤੇ ਦੇਖਦੇ ਰਹੋ ਪੰਜਾਬ ਡਾਇਰੀਜ਼। ਮੈਨੂੰ ਦਿਓ ਇਜਾਜ਼ਤ। ਧੰਨਵਾਦ।